ਸੌਰੀ ਲਓ ਜੀ ਲਓ ਠੀਕ ਹੈ ਜੀ ਤੁਸੀਂ ਫਿਰ ਇੱਥੇ ਆ ਕੇ ਪੁੱਛ ਲਓ ਮਾੜਾ ਜਿਹਾ ਕੁਐਸਚਨ ਕੁਝ ਦੋਸਤ ਜਿਹੜੇ ਪਿੱਛੇ ਰਹਿ ਗਏ ਉਹ ਤੁਹਾਨੂੰ ਜ਼ਰੂਰ ਯਾਦ ਆਉਣਗੇ ਕੋਣੀ ਫਿਲਮ ਸੀ ਮੈਨੂੰ ਲੱਗਦਾ ਹੈ ਹਾਰਟ ਵਾਰਮਿੰਗ ਹਾਰਟ ਟੱਚਿੰਗ ਇਮੋਸ਼ਨਲ ਆ ਕਾਫੀ ਤੁਹਾਨੂੰ ਆਪਦੇ ਕਿਤੇ ਨਾ ਕਿਤੇ ਜੇ ਤੁਸੀਂ ਪਿਆਰ ਕੀਤਾ ਹੋਵੇ ਜਾਂ ਜੇ ਤੁਹਾਡੀ ਯਾਰੀ ਇੰਨੀ ਮਜ਼ਬੂਤ ਆ ਤਾਂ ਤੁਹਾਨੂੰ ਡੈਫੀਨਿਟਲੀ ਆਪਣੇ ਯਾਰ ਤੇ ਆਪਣਾ ਪਿਆਰ ਯਾਦ ਆਊਗਾ ਕਿਉਂਕਿ ਮੇਰੇ ਬੋਲਣ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡਾ ਰਿਐਕਸ਼ਨ ਹੈ ਜੀ ਆਈ ਥਿੰਕ ਜੋ ਸਾਡੀ ਜੌਬ ਸੀ ਉਹ ਅਸੀਂ ਪੂਰੀ ਕਰ ਚੁੱਕੇ ਹਾਂ ਇੱਕ ਇਹੋ ਜਿਹੇ ਇਮੋਸ਼ਨ ਤੇ ਮੂਵੀ ਹੈ ਜਿਹੜਾ ਕਿ ਬਹੁਤ ਲੋਕਾਂ ਦੇ ਅੰਦਰ ਹੁੰਦਾ ਬਟ ਲੋਕੀ ਖੁੱਲ੍ਹ ਕੇ ਕਹਿ ਵੀ ਨਹੀਂ ਪਾਉਂਦੇ ਕਿਉਂਕਿ ਕਿਤੇ ਨਾ ਕਿਤੇ ਥੋੜ੍ਹਾ ਸ਼ਰਮਾਉਂਦੇ ਨੇ ਤਾਂ ਆਈ ਥਿੰਕ ਬਹੁਤ ਲੋਕਾਂ ਦੀ ਅਨਸੈਡ ਸਟੋਰੀ ਹੈ ਇਹ ਖਰਾਬ ਵੀ ਹੋਇਆ ਤੇ ਖਰਾਬ ਕੀਤਿਆਂ ਨੂੰ ਸੰਭਾਲਿਆ ਵੀ ਬਹੁਤ ਹੈ ਮੇਰੇ ਨਾਲ ਹੀ ਸੀ ਉਹ ਵੀ ਜਿਨ੍ਹਾਂ ਨੇ ਮੈਨੂੰ ਵੀ ਸੰਭਿਆ ਤੇ ਉਹਨਾਂ ਨੂੰ ਮੈਂ ਵੀ ਸੰਭਿਆ ਮੈਨੂੰ ਤਾਂ ਇੰਨਾ ਹੀ ਨਹੀਂ ਚਾਹ ਇੰਨਾ ਹੀ ਚਾਹ ਬਹੁਤ ਹੈ ਕਿ ਸਾਡੇ ਭਰਾ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਇਹ ਸਾਡਾ ਭਰਾ ਪ੍ਰੋਡਿਊਸਰ ਹੈ ਸੋ ਬਹੁਤ ਸਾਰੇ ਵੀਰ ਹੋ ਸਕਦਾ ਫਿਲਮ ਦੇਖਣ ਤੋਂ ਬਾਅਦ ਸ਼ਰਾਬ ਛੱਡ ਹੀ ਜਾਣ ਤਾਂ ਇਹ ਇੱਕ ਬੜੀ ਵੱਡੀ ਪਰਮੇਸ਼ ਵਰਮਾ ਦੇ ਲਈ ਬਤੌਰ ਇੱਕ ਦੇਖੋ ਕਮਰਸ਼ੀਅਲ ਸਿਨੇਮਾ ਔਰ ਪੈਸਾ ਕਮਾਉਣਾ ਇੱਕ ਪਾਸੇ ਹੈ ਪਰ ਜਦੋਂ ਤੁਸੀਂ ਕੁਝ ਹਾਸਲ ਕਰਕੇ ਨਿਕਲਦੇ ਹੋ ਸਿਨੇਮਾ ਹਾਲ ਦੇ ਵਿੱਚੋਂ ਤਾਂ ਬਣਾਉਣ ਵਾਲੇ ਵਾਸਤੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਲੱਗਦਾ ਵੀਰੇ ਬਹੁਤ ਸੋਹਣਾ ਡਾਇਲੌਗ ਹੈ ਕਿ ਸੌਰੀ ਲਓ ਜੀ ਲਓ ਠੀਕ ਹੈ ਜੀ ਤੁਸੀਂ ਫਿਰ ਇੱਥੇ ਆ ਕੇ ਪੁੱਛ ਲਓ ਮਾੜਾ ਜਿਹਾ ਕੁਐਸਚਨ ਉਹ ਕਹਿੰਦਾ ਕਿ ਉਹਦੀ ਮੇਰੇ ਤੋਂ ਨਾਂ ਨਹੀਂ ਸੁਣੀ ਜਾਣੀ ਉਹਦੀ ਚੁੱਪ 'ਚ ਮੈਂ ਜ਼ਿੰਦਗੀ ਕੱਟ ਲੂੰ ਸੋ ਕਈ ਵਾਰੀ ਬੰਦਾ ਨਾ ਜੀ ਹਾਰਨ ਤੋਂ ਇੰਨਾ ਡਰਦਾ ਕਿ ਕਈ ਵਾਰੀ ਉਹ ਸਟੈਪ ਹੀ ਨਹੀਂ ਚੱਕ ਪਾਉਂਦਾ ਸੋ ਮੈਨੂੰ ਲੱਗਦਾ ਡੈਫੀਨਿਟਲੀ ਡਾਇਲੌਗ ਬਹੁਤ ਜ਼ਰੂਰੀ ਆ ਪਰ ਕਈ ਵਾਰੀ ਬੰਦਾ ਇਮੋਸ਼ਨਸ 'ਚ ਇੰਨਾ ਸਰੈਂਡਰ ਕਰ ਚੁੱਕਾ ਹੁੰਦਾ ਕਿ ਸ਼ਾਇਦ ਉਹ ਹਾਰਨਾ ਨਹੀਂ ਚਾਹੁੰਦਾ ਹੁੰਦਾ ਮੈਨੂੰ ਲੱਗਦਾ ਵੀਰੇ ਕੋਈ ਇੰਟੈਂਸ਼ਨਲ ਨਹੀਂ ਸੀ ਸਟੋਰੀ ਦੀ ਰਿਕੁਆਇਰਮੈਂਟ ਸੀ ਜਿਵੇਂ ਸਟੋਰੀ ਸੁਣ ਲਓ ਜੀ ਲਓ ਠੀਕ ਆ ਬਾਈ ਹਾਂਜੀ ਸੋ ਜੋ ਸਕ੍ਰਿਪਟ ਦੀ ਰਿਕੁਆਇਰਮੈਂਟ ਸੀ ਜੀ ਉਹਦੇ ਹਿਸਾਬ ਨਾਲ ਸਾਡੀਆਂ ਲੋਕੇਸ਼ਨ ਸੀ ਤੁਸੀਂ ਦੇਖ ਲਈ ਸਾਰਿਆਂ ਨੇ ਫਿਲਮ ਤੁਹਾਨੂੰ ਵਧੀਆ ਲੱਗੀ ਜੀ ਥੈਂਕ ਯੂ ਕਿਉਂਕਿ ਮੇਰੇ ਬੋਲਣ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡਾ ਰਿਐਕਸ਼ਨ ਹੈ ਜੀ ਆਈ ਥਿੰਕ ਜੋ ਸਾਡੀ ਜੌਬ ਸੀ ਉਹ ਅਸੀਂ ਪੂਰੀ ਕਰ ਚੁੱਕੇ ਹਾਂ ਅਤੇ ਹੁਣ ਤੁਹਾਡੀ ਵਾਰੀ ਹੈ ਜੀ ਆਪਦੀ ਫੀਡਬੈਕ ਦੇਣ ਦੀ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਬਾਈ ਜੀ ਮੁੰਡੇ ਵੀ ਰੋਏ ਮੈਨੂੰ ਲੱਗਦਾ ਥੈਂਕ ਯੂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਜੀ ਕਿ ਸਾਡੀ ਫਿਲਮ ਆ ਚੁੱਕੀ ਹੈ ਸਿਨੇਮਾ ਘਰਾਂ 'ਚ ਤੁਸੀਂ ਸਾਰੇ ਜਾਣੇ ਆਪਣੇ ਦੋਸਤਾਂ ਮਿੱਤਰਾਂ ਸੱਜਣਾਂ ਨਾਲ ਜਾਓ ਅਤੇ ਫਿਲਮ ਦੇਖ ਕੇ ਆਓ ਅਤੇ ਸਾਨੂੰ ਦੱਸਿਓ ਤੁਹਾਨੂੰ ਫਿਲਮ ਕਿਵੇਂ ਲੱਗੀ ਮੈਂ ਸਿਰਫ ਮੈਂ ਪਹਿਲਾਂ ਇੰਟਰਵਿਊ 'ਚ ਵੀ ਇਹੀ ਕਿਹਾ ਸੀ ਕਿ ਫਿਲਮ ਦੇਖ ਕੇ ਕੁਛ ਦੋਸਤ ਜਿਹੜੇ ਪਿੱਛੇ ਰਹਿ ਗਏ ਉਹ ਤੁਹਾਨੂੰ ਜ਼ਰੂਰ ਯਾਦ ਆਉਣਗੇ ਔਰ ਹਮੇਸ਼ਾ ਰੌਕੀ ਮੈਂਟਲ ਤੋਂ ਬਾਅਦ ਸਾਡੀ ਜਿਹੜੀ ਦੋਸਤੀ ਆ ਰੀਅਲ ਲਾਈਫ 'ਚ ਤਾਂ ਮੈਂ ਜਦੋਂ ਵੀ ਅਸੀਂ ਇਕੱਠੇ ਫਿਲਮ ਕਰਦੇ ਹਾਂ ਤਾਂ ਬਹੁਤ ਸਕੂਨ ਮਿਲਦਾ ਮੈਨੂੰ ਮੈਨੂੰ ਮੈਂ ਇਹਨੂੰ ਕਹਿੰਦਾ ਵੀ ਹੁੰਦਾ ਕਿ ਯਾਰ ਜਦੋਂ ਵੀ ਕਿਸੇ ਫਿਲਮ 'ਚ ਤੇਰਾ ਕੋਈ ਦੋਸਤ ਬਣਦਾ ਨਾ ਮੈਂ ਬਣੂੰਗਾ ਤਾਂ ਮੈਨੂੰ ਉਹ ਸਕੂਨ ਮਿਲਦਾ ਉਸ ਚੀਜ਼ 'ਚ ਇੱਕ ਇਮੋਸ਼ਨ ਫਿਲਮ ਮੈਂ ਪਹਿਲਾਂ ਦੇਖੀ ਨਹੀਂ ਸੀ ਮੈਨੂੰ ਕਹਿੰਦਾ ਵੀ ਰਿਹਾ ਦੇਖ ਲਾ ਮੈਂ ਕਹਿੰਦਾ ਯਾਰ ਮੈਂ ਫਿਲਮ ਸਿਨੇਮੇ 'ਚ ਦੇਖੂੰਗਾ ਤਾਂ ਮੇਰਾ ਅਜੇ ਵੀ ਗਲਾ ਮਤਲਬ ਭਰਿਆ ਹੋਇਆ ਤਾਂ ਮੈਂ ਅਜੇ ਵੀ ਫਿਲਮ ਦੇ ਜ਼ੋਨ 'ਚ ਹੈਗਾ ਔਰ ਅੰਬਰ ਬਹੁਤ ਪਿਆਰਾ ਕੰਮ ਕੀਤਾ ਯਾਰ ਤੂੰ ਬਹੁਤ ਪਿਆਰਾ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਾਰੇ ਯਾਰ ਦੋਸਤ ਯਾਦ ਆਏ ਹੋ ਭਾਈ ਪਿੱਛੋਂ ਮੈਨੂੰ ਸਾਰੇ ਕਹਿ ਰਹੇ ਨੇ ਵੀ ਪਰਮੇਸ਼ਵਰ ਨੂੰ ਪੁੱਛੋ ਵੀ ਦਾਲ ਸੱਚੀ ਤੁਸੀਂ ਬਣਾਈ ਸੀਗੀ ਦਾਲ ਸਾਰਾ ਕੁਝ ਬਣਾ ਜੇ ਫਿਲਮਾਂ ਬਣਾ ਸਕਦਾ ਤਾਂ ਮੈਨੂੰ ਲੱਗਦਾ ਦਾਲ ਵੀ ਬਣਾ ਸਕਦਾ ਸਾਰਾ ਕੁਝ ਜਾਣਦਾ ਨਹੀਂ ਸ਼ੂਟ ਤੇ ਮੈਗੀ ਵੀ ਬਹੁਤ ਬਣਾਈ ਸੀ ਹਾਂ ਰਾਈਟ ਸੋ ਦੋਸਤੀ ਦੀ ਗੱਲ ਫਿਲਮ ਦੇ ਵਿੱਚ ਹੋਈ ਆ ਬਹੁਤ ਸਾਰੇ ਆਰਟਿਸਟ ਆਏ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਦੋਸਤੀ ਲਈ ਹੀ ਮਤਲਬ ਇੱਥੇ ਆਏ ਤਾਂ ਉਹ ਆਰਟਿਸਟ ਜਿਹੜੇ ਤੁਹਾਡੇ ਦੋਸਤ ਨੇ ਆਪਾਂ ਨੂੰ ਸਪੋਰਟ ਕਰਨ ਲਈ ਆਏ ਸੀ ਉਹਨਾਂ ਦੀ ਵਰਡਸ ਲਈ ਹਾਂਜੀ ਮੈਂ ਹੁਣੇ ਜੋਰਡਨ ਵੀ ਆਇਆ ਸੀਗਾ ਜਸ ਬਾਜਵਾ ਬਾਈ ਵੀ ਸੀਗਾ ਸਾਰੇ ਜਾਣੇ ਆਏ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਫਿਲਮ ਖਤਮ ਹੋਈ ਤੇ ਜਸ ਨੇ ਆ ਕੇ ਮੈਨੂੰ ਇੰਨੀ ਘੁੱਟ ਕੇ ਜੱਪੀ ਬਾਈ ਜੋਰਡਨ ਨੇ ਇੰਨਾ ਪਿਆਰ ਦਿੱਤਾ ਸੋ ਮਾਵੀ ਵੀ ਸਾਡੇ ਨਾਲ ਸੀ ਮਾਵੀ ਨੇ ਦੋ ਗਾਣੇ ਲਿਖੇ ਫਿਲਮ ਦੇ ਸੋ ਜਿੰਨੇ ਵੀ ਸਾਡੇ ਹੋਰ ਆਰਟਿਸਟ ਬਹੁਤ ਆਏ ਨੇ ਇੱਥੇ ਐਕਸੀ ਵੀ ਹੈ ਡੀ ਜੀ ਇਮੋਡਲਸ ਵੀ ਆਏ ਨੇ ਜਸਮੀਨ ਬਾਜਵਾ ਜੀ ਪਹੁੰਚੇ ਨੇ ਸੋ ਇਹਨਾਂ ਸਾਰਿਆਂ ਨੇ ਸਪੋਰਟ ਦਿੱਤੀ ਸਾਰਿਆਂ ਨੇ ਇਹਨਾਂ ਬਲੈਸਿੰਗਸ ਦਿੱਤੀਆਂ ਸਾਰਿਆਂ ਦਾ ਥੈਂਕ ਯੂ ਜੀ ਅੰਕਲ ਦਾ ਰਿਐਕਸ਼ਨ ਕੀ ਆ ਮੈਂ ਪੁੱਛਿਆ ਤੁਸੀਂ ਇਹਨਾਂ ਨੂੰ ਅੰਕਲ ਦਾ ਗੱਚ ਜਿਹਾ ਭਰ ਗਿਆ ਸੀਗਾ ਪਰ ਮੈਂ ਥੋੜ੍ਹਾ ਅਵੋਇਡ ਜਿਹਾ ਕੀਤਾ ਇਹ ਕੰਟੈਕਟ ਕਿਉਂਕਿ ਸੀਨ ਥੋੜ੍ਹਾ ਇੰਟੈਂਸ ਸੀ ਕਲਾਈਮੈਕਸ ਦਾ ਹੁਣ ਤੁਸੀਂ ਘਰ ਜਾ ਕੇ ਕਰ ਲਾਂਗੇ ਜੀ ਮੈਨੇਜ ਹਾਂਜੀ ਠੀਕ ਹੈ ਜੀ ਓਕੇ ਓਕੇ ਹਾਂਜੀ ਯੈਸ ਮੀ ਡੂ ਯੂ ਵਾਂਟ ਟੂ ਸੇ ਫਿਊ ਵਰਡਸ ਕੋਣੀ ਫਿਲਮ ਸੀ ਮੈਨੂੰ ਲੱਗਦਾ ਹੈ ਹਾਰਟ ਵਾਰਮਿੰਗ ਹਾਰਟ ਟੱਚਿੰਗ ਇਮੋਸ਼ਨਲ ਆ ਕਾਫੀ ਤੁਹਾਨੂੰ ਆਪਦੇ ਕਿਤੇ ਨਾ ਕਿਤੇ ਜੇ ਤੁਸੀਂ ਪਿਆਰ ਕੀਤਾ ਹੋਵੇ ਜਾਂ ਜੇ ਤੁਹਾਡੀ ਯਾਰੀ ਇੰਨੀ ਮਜ਼ਬੂਤ ਆ ਤਾਂ ਤੁਹਾਨੂੰ ਡੈਫੀਨਿਟਲੀ ਆਪਣੇ ਯਾਰ ਤੇ ਆਪਣਾ ਪਿਆਰ ਯਾਦ ਆਊਗਾ
ਰਿਲੇਟ ਤਾਂ ਮੈਂ ਡੈਫੀਨੇਟਲੀ ਕੀਤਾ ਬਿਕੋਜ਼ ਮੈਨੂੰ ਮੈਂ ਆਪ ਹੀ ਬਹੁਤ ਸ਼ਾਇਰੀ ਪਸੰਦ ਇਨਸਾਨ ਹਾਂ ਅਤੇ ਜਦੋਂ ਸਟਾਰਟ ਜਿਵੇਂ ਹੁੰਦੀ ਆ ਮੂਵੀ ਜਿਵੇਂ ਉਹ ਸ਼ਬਦ ਬੋਲੇ ਜਾਂਦੇ ਆ ਮੈਨੂੰ ਬਹੁਤ ਮੈਨੂੰ ਟੱਚ ਹੀ ਕਰਕੇ ਗਏ ਐਂਡ ਐਂਡ 'ਚ ਵੀ ਜਿਵੇਂ ਕਲਾਈਮੈਕਸ ਹੋਇਆ ਅਤੇ ਰਿਲੇਟ ਵੀ ਕਰਦੀ ਹੈ ਅਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਆਪ ਦੇ ਦੋਸਤ ਨਾਲ ਹੀ ਕੁਝ ਇਹੋ ਜਿਹਾ ਹੋ ਰਿਹਾ ਐਂਡ ਡੈਫੀਨੇਟਲੀ ਤੁਸੀਂ ਉਸ ਮੂਵੀ ਦਾ ਪਾਰਟ ਬਣ ਜਾਂਦੇ ਹੋ ਫਿਲਮ ਜਾ ਕੇ ਦੇਖੋ ਜੀ ਅਸੀਂ ਬਹੁਤ ਮਿਹਨਤ ਨਾਲ ਸਾਰੀ ਟੀਮ ਨੇ ਫਿਲਮ ਬਣਾਈ ਆ ਅਤੇ ਆਈ ਥਿੰਕ ਤੁਹਾਨੂੰ ਡੈਫੀਨੇਟਲੀ ਮੂਵੀ ਪਸੰਦ ਆਊਗੀ ਇੱਕ ਇਹੋ ਜਿਹੇ ਇਮੋਸ਼ਨ 'ਤੇ ਮੂਵੀ ਹੈ ਜਿਹੜਾ ਕਿ ਬਹੁਤ ਲੋਕਾਂ ਦੇ ਅੰਦਰ ਹੁੰਦਾ ਬਟ ਲੋਕ ਖੁੱਲ੍ਹ ਕੇ ਕਹਿ ਵੀ ਨਹੀਂ ਪਾਉਂਦੇ ਕਿਉਂਕਿ ਕਿਤੇ ਨਾ ਕਿਤੇ ਥੋੜ੍ਹਾ ਸ਼ਰਮਾਉਂਦੇ ਨੇ ਤਾਂ ਆਈ ਥਿੰਕ ਬਹੁਤ ਲੋਕਾਂ ਦੀ ਅਨਸੈਡ ਸਟੋਰੀ ਹੈ ਇਹ ਅਤੇ ਡੈਫੀਨੇਟਲੀ ਹਰ ਬੰਦਾ ਇਹਨੂੰ ਕਿਸੇ ਨਾ ਕਿਸੇ ਲੈਵਲ 'ਤੇ ਜ਼ਰੂਰ ਰਿਲੇਟ ਕਰੂਗਾ ਤਾਂ ਆਈ ਥਿੰਕ ਮੂਵੀ ਦੇਖੋ ਸਾਰੇ ਜਾ ਕੇ ਤੁਹਾਨੂੰ ਡੈਫੀਨੇਟਲੀ ਵਧੀਆ ਲੱਗੂ ਅਸੀਂ ਰੋਕੀ ਮੈਂਟਲ ਤੋਂ ਬਾਅਦ ਹੀ ਸਾਡੇ 'ਚ ਜਿਵੇਂ ਕਹਿ ਦਈਏ ਕਿ ਰੀਅਲ ਲਾਈਫ 'ਚ ਵੀ ਅਸੀਂ ਬਹੁਤ ਅੱਛੇ ਦੋਸਤ ਹਾਂ ਅਤੇ ਜਦੋਂ ਇਹ ਫਿਲਮ ਸ਼ੁਰੂ ਵੀ ਕਰਨੀ ਸੀ ਤਾਂ ਪਰਮੇਸ਼ ਨੇ ਮੈਨੂੰ ਬੁਲਾਇਆ ਸੀ ਕਹਿੰਦਾ ਯਾਰ ਇੱਦਾਂ ਕਰੈਕਟਰ ਹੈਗਾ ਅਤੇ ਮੇਰੇ ਦੋਸਤ ਦਾ ਅਤੇ ਮੈਂ ਕਿਹਾ ਯਾਰ ਆਪਾਂ ਕਰਦੇ ਹਾਂ ਨਾ ਸ਼ੁਰੂ ਅਤੇ ਪਰਮੇਸ਼ ਨੂੰ ਸੀ ਕਿ ਹਾਂ ਹੁਣ ਥੋੜ੍ਹਾ ਮੇਨ ਸਟ੍ਰੀਮ 'ਚ ਕੰਮ ਕਰਦਾ ਕਿ ਪਤਾ ਨਹੀਂ ਦੋਸਤ ਦਾ ਕਰੈਕਟਰ ਕਰੂਗਾ ਕਿ ਨਹੀਂ ਤਾਂ ਹਮੇਸ਼ਾ ਹੀ ਪਰਮੇਸ਼ ਦੇ ਲਈ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਚਾਹੇ ਇੱਕ ਵੀ ਸੀਨ ਹੋਏ ਤੇਰੀ ਫਿਲਮ 'ਚ ਤੇਰੇ ਦੋਸਤ ਦਾ ਔਰ ਮੈਨੂੰ ਇਹ ਲੱਗਦਾ ਕਿ ਮੈਂ ਇਹੀ ਚਾਹੁੰਦਾ ਕਿ ਅਗਰ ਕੋਈ ਦੋਸਤੀ ਦੀ ਇਗਜ਼ਾਮਪਲ ਦੇ ਤਾਂ ਉਹ ਪ੍ਰੀਤ ਲੋਕੀ ਅਮਰਿੰਦਰ ਦੀ ਇਗਜ਼ਾਮਪਲ ਦੇ ਸਾਡੀ ਇਹੀ ਕੋਸ਼ਿਸ਼ ਸੀ ਕਿ ਜਦੋਂ ਵੀ ਤੁਸੀਂ ਫਿਲਮ ਦੇਖੋ ਤਾਂ ਤੁਸੀਂ ਉਹਨਾਂ ਦੋਸਤਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡਿਆ ਤਾਂ ਸਾਡਾ ਉਹੀ ਕੋਸ਼ਿਸ਼ ਸੀ ਕਿ ਉਹ ਇਕੱਠੇ ਜਿੱਥੋਂ ਨਿਕਲੇ ਇੱਕ ਟਾਈਮ 'ਤੇ ਉਹ ਸਾਡਾ ਖਿਆਲ ਰੱਖਦਾ ਅੰਬਰ ਇੱਕ ਟਾਈਮ ਆ ਅਸੀਂ ਉਹਦਾ ਖਿਆਲ ਰੱਖਦੇ ਸੋ ਇਹੀ ਦੋਸਤੀ ਆ ਤਾਂ ਮੈਨੂੰ ਹਮੇਸ਼ਾ ਹੀ ਸਕੂਨ ਮਿਲਦਾ ਪਹਿਲਾਂ ਤਾਂ ਐਜ਼ ਅ ਆਡੀਅੰਸ ਮੈਨੂੰ ਲੱਗਦਾ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਇੰਦਰ ਵੀ ਬਣਿਆ ਅਤੇ ਅੰਬਰ ਵੀ ਬਣਿਆ ਖਰਾਬ ਵੀ ਹੋਇਆ ਅਤੇ ਖਰਾਬ ਕੀਤਿਆਂ ਨੂੰ ਸੰਭਾਲਿਆ ਵੀ ਬਹੁਤ ਹੈ ਤਾਂ ਐਜ਼ ਅ ਆਡੀਅੰਸ ਤਾਂ ਮੈਨੂੰ ਆਪਣੇ ਯਾਰਾਂ ਦੀ ਬਹੁਤ ਯਾਦ ਆਈ ਮੇਰੇ ਨਾਲ ਹੀ ਸੀ ਉਹ ਵੀ ਜਿਨ੍ਹਾਂ ਨੇ ਮੈਨੂੰ ਵੀ ਸਾਂਭਿਆ ਅਤੇ ਉਹਨਾਂ ਨੂੰ ਮੈਂ ਵੀ ਸਾਂਭਿਆ ਹੁੰਦਾ ਨਾ ਆਪਾਂ ਸਾਰੇ ਜ਼ਿੰਦਗੀ 'ਚ ਕਿਸੇ ਨਾ ਕਿਸੇ ਨੂੰ ਤਾਂ ਸਹਾਰਾ ਦਿੰਦੇ ਹੀ ਹਾਂ ਕਿ ਯਾਰ ਕੋਈ ਨਹੀਂ ਤੂੰ ਘਬਰਾਉਣਾ ਤੇਰੇ ਨਾਲ ਆ ਤਾਂ ਮੈਨੂੰ ਲੱਗਦਾ ਧੀਰਜ ਵੀਰਾ ਅਤੇ ਪਰਮੇਸ਼ ਵੀਰਾ ਅਸਲੀ 'ਚ ਹੀ ਦੋਸਤ ਐਵੇਂ ਦੇ ਨੇ ਅਤੇ ਫਿਲਮ 'ਚ ਇਹਨਾਂ ਨੇ ਇੱਕ ਮੁਹੱਬਤ ਦਾ ਪੈਗਾਮ ਹੀ ਦਿੱਤਾ ਔਰ ਮੈਨੂੰ ਲੱਗਦਾ ਕਿ ਬਹੁਤ ਘੱਟ ਫਿਲਮਾਂ ਫੈਮਿਲੀ ਵਾਲੀਆਂ ਲੱਗਦੀਆਂ ਅਤੇ ਤੁਹਾਨੂੰ ਪੂਰੇ ਫੈਮਿਲੀ ਨਾਲ ਜਾਣਾ ਚਾਹੀਦਾ ਇਕੱਲੀ ਦੋਸਤੀ ਤੇ ਫਿਲਮ ਨਹੀਂ ਹੈ ਮਦਰ ਫਾਦਰ ਪਿਆਰ ਦੀ ਗੱਲ ਕਿਵੇਂ ਔਖੇ ਟਾਈਮ 'ਚ ਸਾਂਭਿਆ ਅਤੇ ਐਜ਼ ਅ ਬ੍ਰਦਰ ਇਹ ਤਾਂ ਆਡੀਅੰਸ ਦੇ ਹਿਸਾਬ ਨਾਲ ਮੈਂ ਰਿਵਿਊ ਦੇਤਾ ਪਰ ਐਜ਼ ਅ ਬ੍ਰਦਰ ਤਾਂ ਸਾਡਾ ਭਰਾ ਹੈ ਮੈਨੂੰ ਤਾਂ ਇੰਨਾ ਹੀ ਚਾਅ ਬਹੁਤ ਹੈ ਕਿ ਸਾਡੇ ਭਰਾ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਕਿ ਸਾਡਾ ਭਰਾ ਪ੍ਰੋਡਿਊਸਰ ਹੈ ਤਾਂ ਸਾਡੇ ਭਰਾ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਸਭ ਤੋਂ ਜ਼ਿਆਦਾ ਮੁਹੱਬਤ ਇਹ ਬੰਦਾ ਆਪਣੀ ਬਾਡੀ ਨੂੰ ਕਰਦਾ ਸੀ ਅਤੇ ਉਹ ਕੁਰਬਾਨ ਕੀਤੀ ਹੈ ਕਿੰਨਾ ਪੇਟ ਕਿਉਂਕਿ ਜਿਹੜਾ ਹੈਲਦੀ ਬੰਦਾ ਹੁੰਦਾ ਨਾ ਉਹ ਬੜਾ ਔਖਾ ਉਹਦੇ ਲਈ ਅਨਹੈਲਦੀ ਖਾਣਾ ਸਾਰੇ ਵੀ ਮੀਡੀਆ ਵਾਲੇ ਕਿਤੋਂ ਨਾ ਕਿਤੋਂ ਜਦੋਂ ਸ਼ੁਰੂ ਹੁੰਦੇ ਹੋ ਆਸ ਕਰਦੇ ਹੋ ਨਾ ਤੁਹਾਨੂੰ ਲੋਕ ਸਪੋਰਟ ਕਰਨ ਤਾਂ ਇਹ ਵੀ ਸਾਡਾ ਭਰਾ ਇੰਡਸਟਰੀ 'ਚ ਪਹਿਲਾ ਕਦਮ ਹੈ ਪਹਿਲਾ ਇੰਡੀਪੈਂਡੈਂਟ ਪ੍ਰੋਡਿਊਸਰ ਡਾਇਰੈਕਟਰ ਐਕਟਰ ਸਿੰਗਰ ਦਵਾਨੇ ਓਨਲੀ ਪਰਮੇਸ਼ ਵਰਮਾ ਬਾਈ ਉੱਤੋਂ ਇਹਨਾਂ ਦੀ ਯਾਰਾਂ ਦੀ ਟੀਮ ਕਿਉਂਕਿ ਇਹ ਦੋਸਤੀ ਵਾਲਾ ਗਰੁੱਪ ਹੈ ਨਾ ਹਾਡੀ ਵੀਰਾ ਤਾਂ ਇਹ ਭਰਾਵਾਂ ਦੇ ਸਿਰ 'ਤੇ ਐਡਾ ਸਾਮਰਾਜ ਹੋ ਰਿਹਾ ਅਤੇ ਤੁਹਾਡੀ ਹੁਣ ਸਪੋਰਟ ਦੀ ਲੋੜ ਹੈ ਤਾਂ ਮੈਨੂੰ ਫਿਲਮ ਤੋਂ ਪਹਿਲਾਂ ਪਰਮੇਸ਼ ਵਰਮਾ ਬਾਈ ਕਹਿੰਦਾ ਰਿਹਾ ਯਾਰ ਇਹਦੇ 'ਚ ਆਹ ਕਮੀ ਹੈ ਪਰ ਮੈਨੂੰ ਅੱਜ ਲੱਗਦਾ ਕਿ ਯਾਰ ਬਾਈ ਮਤਲਬ ਦ ਪਰਫੈਕਟ ਐਗਜ਼ਾਮਪਲ ਆਫ ਅ ਫਿਲਮ ਕਿ ਇਮੋਸ਼ਨ ਜਿੱਥੇ ਸੀਨ ਯਾਰੀ ਦਾ ਆਇਆ ਤਾਂ ਇਹਨਾਂ ਦੀ ਯਾਰੀ ਦੇਖ ਦੇਖ ਕੇ ਮੈਂ ਆਪਣੇ ਯਾਰ ਕਿਉਂਕਿ ਮੈਂ ਵੀ ਰੋਂਦਾ ਸੀ ਤਾਂ ਮੈਨੂੰ ਮੇਰੇ ਯਾਰ ਹੀ ਸਾਂਭਦੇ ਸੀ ਤਾਂ ਬਹੁਤ ਮਜ਼ਾ ਆਇਆ ਬਹੁਤ ਚੰਗਾ ਲੱਗਿਆ ਸਾਰੇ ਜ਼ਰੂਰ ਪਹੁੰਚੋ ਧੰਨਵਾਦ ਥੈਂਕ ਯੂ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਸਾਥੀ ਹੋ ਤੁਸੀਂ ਸਾਰੇ ਮੈਨੂੰ ਲੱਗਦਾ ਕਿ ਮੈਂ ਫਿਲਮ ਉਸ ਜਜ਼ਬਾਤ 'ਚੋਂ ਦੇਖੀ ਹੈ ਜਿੱਥੇ ਤੁਹਾਨੂੰ ਆਪਣੀ ਦੋਸਤੀ ਦੇ ਉੱਤੇ ਮਾਣ ਹੁੰਦਾ ਪਰ ਨਾਲ ਹੀ ਨਾਲ ਮੈਂ ਫਿਲਮ ਰਿਵੀਲ ਤਾਂ ਨਹੀਂ ਕਰ ਸਕਦਾ ਮੈਂ ਚਾਹੂੰਗਾ ਕਿ ਲੋਕ ਆਉਣ ਸਿਨੇਮਾ ਘਰਾਂ 'ਚ ਦੇਖਣ ਆ ਕੇ ਪਰ ਫਿਲਮ ਦੇ ਅੰਤ 'ਤੇ ਆ ਕੇ ਤੁਸੀਂ ਬਹੁਤ ਕੁਝ ਹਾਸਲ ਕਰਕੇ ਲੈ ਕੇ ਜਾਂਦੇ ਹੋ ਆਪਦੇ ਆਪ ਨਾਲ ਗੱਲਾਂ ਕਰਦੇ ਹੋ ਤੁਸੀਂ ਆਪਣੇ ਜ਼ਿਹਨ ਨਾਲ ਗੱਲਾਂ ਕਰਦੇ ਹੋ ਕਿ ਅਸੀਂ ਐਜ਼ ਅ ਸੁਸਾਇਟੀ ਔਰ ਜੋ ਕੁਰੀਤੀਆਂ ਜੋ ਕਰਹਿਤਾਂ ਅਸੀਂ ਨਾਲ ਆਪਦੇ ਇੱਕ ਇੰਡੀਵਿਜੁਅਲ ਤੋੜਦਾ ਉਹਨੂੰ ਤੋੜ ਕੇ ਕਿਵੇਂ ਜਾਣਾ ਸੋ ਬਹੁਤ ਸਾਰੇ ਵੀਰ ਹੋ ਸਕਦਾ ਫਿਲਮ ਦੇਖਣ ਤੋਂ ਬਾਅਦ ਸ਼ਰਾਬ ਛੱਡ ਹੀ ਜਾਣ ਤਾਂ ਇਹ ਇੱਕ ਬੜੀ ਵੱਡੀ ਪਰਮੇਸ਼ ਵਰਮਾ ਦੇ ਲਈ ਬਤੌਰ ਇੱਕ ਦੇਖੋ ਕਮਰਸ਼ੀਅਲ ਸਿਨੇਮਾ ਔਰ ਪੈਸਾ ਕਮਾਉਣਾ ਇੱਕ ਪਾਸੇ ਹੈ ਪਰ ਜਦੋਂ ਤੁਸੀਂ ਕੁਝ ਹਾਸਲ ਕਰਕੇ ਨਿਕਲਦੇ ਹੋ ਸਿਨੇਮਾ ਹਾਲ ਦੇ ਵਿੱਚੋਂ ਤਾਂ ਬਣਾਉਣ ਵਾਲੇ ਵਾਸਤੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਐਜ਼ ਅ ਮੇਕਰ ਵਧਾਈ ਹੈ ਮੈਨੂੰ ਇਹ ਲੱਗਦਾ ਕਿ ਅੱਜ ਪਿਓਰ ਐਕਟਰ ਦੀ ਜਿਵੇਂ ਜਿੰਮੀ ਸ਼ੇਰਗਿੱਲ ਹੋਣਾ ਦਾ ਮੈਂ ਅਕਸਰ ਕਹਿੰਦਾ ਕਿ ਉਹ ਪਿਓਰ ਐਕਟਰ ਹੈ ਇੰਡਸਟਰੀ ਦੇ ਵਿੱਚ ਜੇ ਵਰਿੰਦਰ ਹੋਣਾ ਤੋਂ ਬਾਅਦ ਐਕਟਰ ਆਏ ਜਾਂ ਗੁੱਗੂ ਗਿੱਲ ਸਾਹਿਬ ਤੋਂ ਬਾਅਦ ਆਏ ਜਿੰਮੀ ਸ਼ੇਰਗਿੱਲ ਆਏ ਅੱਜ ਮੈਨੂੰ ਇਹ ਮਾਣ ਹਾਸਲ ਹੋ ਰਿਹਾ ਕਿ ਮੈਂ ਪਰਮੇਸ਼ ਵਰਮਾ ਨੂੰ ਇਹ ਵਧਾਈ ਦੇ ਸਕਦਾ ਕਿ ਧੀਰਜ ਕੁਮਾਰ ਪਰਮੇਸ਼ ਵਰਮਾ ਇਹ ਪਿਓਰ ਐਕਟਰਸ ਨੇ ਸਾਡੀ ਇੰਡਸਟਰੀ ਦੇ ਵਾਮਿਕਾ ਦਾ ਮੈਂ ਇਹ ਇਹ
ਅਸੀਂ ਇੰਟਰਵਿਊ ਵੀ ਕੀਤਾ ਜਦੋਂ ਬਾਈ ਨਾਲ ਤਾਂ ਮੈਂ ਜ਼ਿਕਰ ਕੀਤਾ ਸੀਗਾ ਮੈਨੂੰ ਲੱਗਦਾ ਵਾਮਿਕਾ ਬਹੁਤ ਅੰਡਰਰੇਟਡ ਨੇ ਔਰ ਜਿਸ ਤਰੀਕੇ ਨਾਲ ਫਿਲਮ 'ਚੋਂ ਉਹਨਾਂ ਦਾ ਕਿਰਦਾਰ ਨਿਕਲਿਆ ਬਾਹਰ ਤੁਹਾਨੂੰ ਮਾਣ ਹਾਸਲ ਹੋਊਗਾ ਕਿ ਤਬਾਹ ਪੰਜਾਬੀ ਸਿਨੇਮੇ ਦੇ ਹਿੱਸੇ ਆਈ ਹੈ ਹੈ ਨਾ ਜੇ ਤਬਾਹ ਹਿੰਦੀ 'ਚ ਬਣਦੀ ਤਾਂ ਤਬਾਹ ਹੋਰ ਤਰੀਕੇ ਨਾਲ ਲੋਕਾਂ ਨੇ ਐਨਾਲਾਈਜ਼ ਕਰਨੀ ਸੀ ਸੋ ਮੈਂ ਇਹ ਫਿਲਮ 100 ਵਾਰ ਵੀ ਦੇਖ ਸਕਦਾ ਪਰ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਕਸਰ ਇਸ ਜੌਨਰ ਦੀ ਫਿਲਮ ਪਰਿਵਾਰ ਵਾਲੇ ਕਹਿੰਦੇ ਕਿ ਸ਼ਾਇਦ ਇਸ਼ਕ 'ਤੇ ਬਣੀ ਫਿਲਮ ਹੈ ਸਗੋਂ ਮਾਂ ਪਿਓ ਦੇ ਨਾਲ ਬਹਿ ਕੇ ਦੇਖ ਸਕਦੇ ਹੋ ਤੁਸੀਂ ਇਹ ਫਿਲਮ ਇਹ ਇੰਨੀ ਖੂਬਸੂਰਤ ਹੈ ਕਿ ਪਰਿਵਾਰ ਭੈਣਾਂ ਦੇ ਨਾਲ ਬੈਠ ਕੇ ਵੀ ਇਹ ਫਿਲਮ ਦੇਖੀ ਜਾ ਸਕਦੀ ਹੈ ਸੋ ਬਾਈ ਬਹੁਤ ਮੁਬਾਰਕਬਾਦ ਧੀਰਜ ਬਾਈ ਤੁਹਾਨੂੰ ਬਹੁਤ ਬਾਈ ਮੁਬਾਰਕਬਾਦ ਪਿਆਰ ਔਰ ਇਹ ਪਰਮੀਸ਼ ਵਰਮਾ ਹੀ ਇਹੋ ਜਿਹਾ ਕੁਛ ਕਰ ਸਕਦਾ ਸੀਗਾ ਸੋ ਬਹੁਤ ਧੰਨਵਾਦ ਬਾਈ ਬਹੁਤ ਮੁਬਾਰਕਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹਨਾਂ ਨੇ ਮੈਨੂੰ ਅੱਗੇ ਕੀਤਾ ਕਿ ਕੁਛ ਗੁਰਜਿੰਦ ਵੀਰਾ ਜੀ ਇਹਨਾਂ ਨੇ ਸਾਡੀ ਫਿਲਮ ਲਿਖੀ ਐਡੀ ਸੋਹਣੀ ਫਿਲਮ ਲਿਖਣ ਲਈ ਸਾਨੂੰ ਫਿਲਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਵੀ ਇਹਨਾਂ ਨੇ ਧੀਰੇ ਬਾਈ ਨੇ ਕਿਹਾ ਵੀ ਤੁਸੀਂ ਕੁਛ ਕਹੋ ਮੈਨੂੰ ਲੱਗਦਾ ਮੈਂ ਕਹਿਤਾ ਮੈਂ ਉਹ 1 ਘੰਟੇ 50 ਮਿੰਟ 'ਚ ਕਹਿਤਾ ਹੈ ਅਤੇ ਤੁਸੀਂ ਸੁਣ ਲਿਆ ਬਸ ਮੈਂ ਇਹ ਚਾਹੁੰਦਾ ਕਿ ਤੁਸੀਂ ਅੱਗੇ ਇਸ ਫਿਲਮ ਨੂੰ ਪ੍ਰਮੋਟ ਕਰੋ ਔਰ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣ ਚੰਗੀਆਂ ਫਿਲਮਾਂ ਅਗਰ ਲੋਕ ਦੇਖਣਗੇ ਤਾਂ ਚੰਗੀਆਂ ਫਿਲਮਾਂ ਪਾਣਗੇ ਥੈਂਕ ਯੂ ਸੋ ਮਚ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਰੀ 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 ਮੈਨੂੰ ਪਿੱਛੋਂ ਉਹਨਾਂ ਨੇ ਕਹਿਤਾ ਕਨਕਲੂਡ ਕਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੀ ਗੱਲ ਸਤਿ ਸ਼੍ਰੀ ਅਕਾਲ ਅਗਰ ਮੈਂ ਗੱਲ ਕਰ ਰਿਹਾ ਸੀ ਗੁਰਜਿੰਦ ਹੋਰਾਂ ਨਾਲ ਇਹਨਾਂ ਨੇ ਫਿਲਮ ਲਿਖੀ ਆ ਬਾ ਕਮਾਲ ਫਿਲਮ ਲਿਖੀ ਆ ਅਸੀਂ ਸਾਰਿਆਂ ਨੇ ਦੇਖੀ ਆ ਔਰ ਬਹੁਤ ਕੁਛ ਕਿਹਾ ਗਿਆ ਮੇਰੇ ਤੋਂ ਪਹਿਲਾਂ ਵੀ ਅਗਰ ਇਹਨੂੰ ਇਸ ਇੱਕ ਲਾਈਨ ਦੇ ਵਿੱਚ ਇਹਨੂੰ ਮੈਂ ਕਰਾਂ ਸਮਾਪਤ ਕਰਾਂ ਇਹ ਕਹਾਂਗਾ ਕਿ ਇਟਸ ਅ ਸਟੋਰੀ ਆਫ ਇੰਟੈਂਸ ਲਵ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਹੈ ਚਾਹੇ ਦੋਸਤੀ ਦਾ ਪਿਆਰ ਹੈ ਮਾਂ ਬਾਪ ਦਾ ਪਿਆਰ ਹੈ ਆਸ਼ਿਕ ਮਸ਼ਰੂਫ ਦਾ ਪਿਆਰ ਹੈ ਸੋ ਇਸ ਫਿਲਮ ਦੇ ਜ਼ਰੀਏ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਪਿਆਰ ਦਾ ਔਰ ਇੱਕ ਐਸਾ ਹੀ ਸਮਾਜ ਨੂੰ ਔਰ ਜਨਰੇਸ਼ਨ ਨੂੰ ਇੱਕ ਸੇਧ ਦੇਣ ਵਾਲੀ ਫਿਲਮ ਹੈ ਆਪਾਂ ਕਹਿ ਦਿੰਦੇ ਹਾਂ ਵੈਸੇ ਗੱਲ ਇਹ ਬਾਕੀ ਇਹ ਫਿਲਮ ਜਿਵੇਂ ਕਿ ਪਹਿਲਾਂ ਮੇਰੇ ਛੋਟੇ ਵੀਰ ਨੇ ਬੋਲਿਆ ਕਿ ਅਸੀਂ ਫਿਲਮ ਦੇ ਆਖਿਰ ਦੇ ਵਿੱਚ ਬਹੁਤ ਕੁਛ ਹਾਸਿਲ ਕਰਕੇ ਜਾਂਦੇ ਹਾਂ ਸੋ ਇਹ ਫਿਲਮ ਬਣਾਉਣ ਦੇ ਲਈ ਰਮੇਸ਼ ਵਰਮਾ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਅਸੀਂ ਲੱਕੀ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਸਿਨੇਮਾ ਹੁਣ ਦੇਖਣ ਨੂੰ ਮਿਲ ਰਿਹਾ ਪਲੈਟੀ ਆਫ ਸਿਨੇਮਾ ਸਾਡੇ ਪੰਜਾਬ ਦੇ ਵਿੱਚ ਆ ਗਿਆ ਹਰ ਇੱਕ ਦਾ ਜਾਨਰ ਦਾ ਇੱਕ ਆਪਣਾ ਆਪਣਾ ਮਹੱਤਵ ਹੁੰਦਾ ਪਰ ਇਹੋ ਜਿਹੀਆਂ ਫਿਲਮਾਂ ਬਣਾਉਣ ਦਾ ਜਿਹੜਾ ਜਿਗਰਾ ਉਹ ਬਹੁਤ ਘੱਟ ਲੋਕ ਕਰਦੇ ਨੇ ਅਤੇ ਇਹ ਹਾਸਿਲ ਸਾਡੇ ਛੋਟੇ ਵੀਰ ਪਰਮੇਸ਼ਵਰ ਨਾਲ ਕੀਤਾ ਔਰ ਕਮਾਲ ਦਾ ਬਾ ਕਮਾਲ ਅਦਾਕਾਰਾਂ ਨੇ ਕੰਮ ਕੀਤਾ ਲਿਖੀ ਗਈ ਬਹੁਤ ਸੋਹਣੀ ਫਿਲਮ ਹੈ ਔਰ ਜਿੰਨਾ ਖੁੱਭ ਕੇ ਵਰਮਾ ਸਾਹਿਬ ਮੇਰੇ ਟੀਚਰ ਵੀ ਰਹੇ ਨੇ ਅਸੀਂ ਯੂਨੀਵਰਸਿਟੀ 'ਚ ਰਹੇ ਹਾਂ ਇਹਨਾਂ ਨੇ ਸਾਨੂੰ ਬਹੁਤ ਕੁਛ ਸਿਖਾਇਆ ਨਾ ਤੁਹਾਨੂੰ ਸਿੱਖਣ ਨੂੰ ਮਿਲਿਆ ਮੈਂ ਇਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਕਿ ਪਰਮੇਸ਼ਰ ਨੇ ਬਹੁਤ ਖੁੱਭ ਕੇ ਕੰਮ ਕੀਤਾ ਅਤੇ ਗੋਡ ਬਲੈਸ ਅਤੇ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਇਹਦੀ ਜਿਹੜੀ ਫੋਟੋਗ੍ਰਾਫੀ ਹੈ ਡਾਇਰੈਕਟਰ ਆਫ ਫੋਟੋਗ੍ਰਾਫੀ ਉਹ ਬਹੁਤ ਫਿਲਮ ਦੀ ਰਵਾਨਗੀ ਇੰਨੀ ਪਿਆਰੀ ਆ ਕਿ ਆਪਣੇ ਆਪ ਇੱਕ ਇੰਨੀ ਮਿੱਠੀ ਫਿਲਮ ਹੈ ਕਿ ਆਪਣੇ ਆਪ ਤੁਹਾਨੂੰ ਆਪਣੇ ਨਾਲ ਬਹਾ ਕੇ ਲੈ ਜਾਂਦੀ ਹੈ ਸੋ ਬਹੁਤ ਬਹੁਤ ਮੁਬਾਰਕਬਾਦ ਐਂਡ ਥੈਂਕ ਯੂ ਵੈਰੀ ਮੱਚ ਪਲੀਜ਼ ਬੇਟਾ ਮੈਂ ਅੱਜ ਇੱਕ ਬਹੁਤ ਅੱਛੀ ਫਿਲਮ ਦੇਖੀ ਅਤੇ ਖੁਸ਼ੀ ਹੋਈ ਕਿ ਅੱਛੀ ਫਿਲਮ ਮੇਰੇ ਬੇਟੇ ਨੇ ਬਣਾਈ ਹੈ ਅਤੇ ਮੈਂ ਆਪ ਤਾਰੀਫ ਕਰਾਂ ਕੁਛ ਹੋਣਾ ਚੰਗਾ ਨਹੀਂ ਲੱਗਦਾ ਪਰ ਮੈਂ ਸਿਨੇਮਾ ਦਾ ਇੱਕ ਵਿਦਿਆਰਥੀ ਹਾਂ ਪੰਜਾਬੀ ਸੱਭਿਆਚਾਰ ਚਾਹੁੰਦਾ ਕਿ ਤੂੰ ਬੋਲ ਕੇ ਨਹੀਂ ਦੱਸਿਆ ਅਤੇ ਕੀ ਦੱਸਿਆ ਅਤੇ ਬਿਨਾਂ ਬੋਲੇ ਤਾਂ ਦੱਸਦੀ ਹੈ ਅਤੇ ਗਾਲਿਬ ਦਾ ਇੱਕ ਸ਼ੇਰ ਸੀ ਅੱਜ ਮੈਂ ਜੋਲਿਆਂ ਉੱਤੇ ਵੇਖਿਆ ਦੇਸ਼ ਨਹੀਂ ਆਸਾਂ ਬਸ ਇਤਨਾ ਸਮਝ ਲੈਂਦਾ ਕਿ ਕਾਗ ਦਾ ਦਰਿਆ ਹੈ ਔਰ ਡੂਬ ਕੇ ਜਾਣਾ ਇਸ਼ਕ ਦਾ ਦਰਿਆ ਡੁੱਬ ਕੇ ਤੈਰ ਹੁੰਦਾ ਅਤੇ ਫਿਲਮ ਵਿੱਚ ਇਸ਼ਕ ਦਾ ਦਰਿਆ ਡੁੱਬ ਕੇ ਤੈਰਿਆ ਗਿਆ ਇਹਦਾ ਮਤਲਬ ਇੱਕ ਫਿਲਮ ਬਿਨਾਂ ਬੋਲੇ ਬਹੁਤ ਮੁਸ਼ਕਿਲ ਹੁੰਦੀ ਅਤੇ ਬਿਨਾਂ ਬੋਲੇ ਕਿਹਾ ਇਸ ਤੋਂ ਵੱਡਾ ਕੋਈ ਕਹਿਣਾ ਨਹੀਂ ਹੁੰਦਾ ਮੇਰਾ ਪਹਿਲਾਂ ਵੀ ਸੀ ਮੈਂ ਕਾਫੀ ਆਮ ਪ੍ਰਾਊਡ ਆਫ ਮਾਈ ਸਨ ਉਸ ਪੁੱਤਰ ਦੇ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਚੱਲੀ